ਤਾਂ ਵੀਰੋ ਵਢਾਈ ਚੱਲ ਰਹੀ ਆ ਸਵੇਰੇ ਜਿਹੜੇ ਖੇਤ ਵੱਢੇ ਸੀ ਉਹ ਤਾਂ ਸੁਪਰ ਸੀਡਰ ਚਲਾਤਾ ਆਪਾਂ ਬੀਜ ਤੇ ਪਿੱਛੇ ਪਿੱਛੇ ਬਜਾਈ ਤੇ ਲੰਚ ਟਾਈਮ ਆ ਕੀ ਆ ਬਈ ਖਾਣ ਨੂੰ ਜੀ ਪ੍ਰਸ਼ਾਦ ਆ ਦਾਲ ਰੋਟੀ ਠੀਕ ਆ ਪ੍ਰਸ਼ਾਦ ਦਾਲ ਰੋਟੀਆਂ ਦਾ ਅੱਜ ਸਾਡਾ ਭਾਈ ਲੰਚ ਆ ਤੇ ਉਹ ਸਾਹਮਣੇ ਮਸ਼ੀਨ ਚੱਲ ਰਹੀ ਆ ਉਹ ਜਿਹੜਾ ਟਰੈਕਟਰ ਆ ਉਹ ਸੁਪਰ ਸੀਡਰ ਤੇ ਚੱਲ ਰਿਹਾ ਜੀ ਇਹ 3630 ਆ ਹੋਲੈਂਡ ਸੁਪਰ ਪਲੱਸ ਤੇ ਆ ਅੱਗੇ ਅੱਗੇ ਮਸ਼ੀਨ ਚੱਲ ਰਹੀ ਆ ਤੇ ਨਾਲ ਦੀ ਨਾਲ ਟਰੈਕਟਰ ਮੰਡੀ 'ਚ ਗੇੜਾ ਲਾ ਰਹੇ ਨੇ ਇੱਕੋ ਟਰਾਲੀ ਪਰੇ ਭਰੀ ਖੜੀ ਆ ਆਹ ਵੀ 60 ਆ ਜੀ ਫਾਰਮ ਟਰੈਕ ਆਹ ਵੀ 60 ਆ ਅਤੇ ਆਪਣਾ 3600 ਆ ਜਿਹੜਾ ਫੋਰਡ ਉਹ ਟਰਾਲੀ ਲੈ ਕੇ ਗਿਆ ਹੋਇਆ ਅਤੇ ਆਹ ਸਵਰਾਜ 939 ਆਪਾਂ ਮੰਗ ਕੇ ਲਿਆਂਦਾ ਹੋਇਆ ਅਤੇ ਸਾਰੀਆਂ ਟਰਾਲੀਆਂ 13-14 ਫੁੱਟੀਆਂ ਨੇ ਜੀ ਵੀਰੋ ਨਾਲ ਦੀ ਨਾਲ ਬਜਾਈ ਅਤੇ ਵਢਾਈ ਦੋਵੇਂ ਕੰਮ ਇਕੱਠੇ ਹੀ ਹੋ ਰਹੇ ਨੇ ਸਵੇਰੇ ਮਸ਼ੀਨ ਚਲਾਈ ਤੀ ਆਪਾਂ ਅਤੇ 2 ਘੰਟੇ ਬਾਅਦ ਹੀ ਆਪਾਂ ਜਿਹੜੇ ਸੁਪਰ ਸੀਡਰ ਚਲਾਤਾ ਸੀ ਅਤੇ ਰੋਟੀ ਪਾਣੀ ਘਰੋਂ ਜੀ ਖੁੱਲ੍ਹਾ ਹੀ ਬਣ ਕੇ ਆਉਂਦਾ ਕੋਈ ਗਿਣਤੀ ਨਹੀਂ ਹੁੰਦੀ ਬੰਦਿਆਂ ਦੀ ਅਤੇ ਸਾਰੇ ਜਣੇ ਵਾਰੀ ਵਾਰੀ ਰੋਟੀ ਖਾਈ ਜਾਂਦੇ ਨੇ ਅਤੇ ਬੱਚੇ ਵੀ ਅੱਜ ਸਾਡੇ ਉਰੀ ਆਏ ਹੋਏ ਨੇ ਇਹ ਰੋਟੀ ਪਾਣੀ ਦੀ ਸੇਵਾ ਕਰਨ 'ਤੇ ਵੀ ਨੇ ਅਤੇ ਟਰੈਕਟਰ ਵਗੈਰਾ ਵੀ ਪੂਰੇ ਐਨ ਫੁੱਲ ਵਧੀਆ ਡਰਾਈਵਰ ਨੇ ਆਹ ਸਾਡਾ ਦੰਮਾ ਬਾਈ ਆ ਬਈ ਕੀ ਹਾਲ ਆ ਦੰਮੇ ਬਾਈ ਬਾਈ ਇਹ ਤੋਂ ਬਿਨਾਂ ਸਾਰਾ ਹੀ ਕੰਮ ਅਧੂਰਾ ਜਾਣੀ ਜਿੰਨੇ ਬੰਦੇ ਲਾਏ ਨੇ ਇਹਨੇ ਹੀ ਕੰਮ ਲਾਏ ਹੋਏ ਨੇ ਜਿੱਥੇ ਕਿਤੇ ਕੰਮ ਅੜਦਾ ਥੋੜ੍ਹਾ ਉੱਥੇ ਫਿਰ ਇਹਨੂੰ ਇਹ ਹਾਕ ਮਾਰਦੇ ਹਾਂ ਅਸੀਂ ਮੈਂ ਸ਼ੇਰਾ ਖਾਲੀ ਰੋਟੀ ਫਿੱਟਾ ਕੰਮ